अस्सलाम वालेकुम तुसरे दे पेवे यूट्यूब चैनल सरेकी ब्लॉग ते मैं हां नजफ अली। उम्मीद करने के जितने भी दोस्त मेरी वीडियो दे पर वो सारे तरीके नालो से ते आज दा सिद्र ने एक ब्लॉग शुरू ते एक मजेदार दे शेयर तो उस पहले जिना लोगा सरे चैनल ते हाल तक सब्सक्राइब नहीं कीता सोचे दे पर ते चैनल सब्सक्राइब करो जने करो तो सरे चैनल को सब्सक्राइब करन लाइक करन कमेंट्स करन बेल आइकन لازمی दबावन ताकि सादी हर आने वाली मजेदार वीडियो ਤੁਹਾਡੇ ਤੱਕ ਪਹੁੰਚ ਰਹੇ। ਅੱਜ ਅਸੀਂ ਬਿਲੋਂਗ ਕਰਨੇ ਹੈ ਸ਼ੁਰੂ ਇੱਕ ਮਜ਼ੇਦਾਰ ਦੇ ਸ਼ੇਰ ਤੋਂ। ਤੂੰ ਨਾਲ ਨਰਲ ਪੱਖੀ ਵਾਸੀਆਂ ਦੇ ਇਹ ਤਖ ਦੇ ਤਾਜ ਭੁਲਾ ਕੇ ਤੈਂ ਕਦਾ ਹੈ ਦਰ ਦਰ ਪੈ ਸੰਗਣਾ ਸਾਡੇ ਨਾਲ ਮੱਖੀਆਂ ਚਾ ਕੇ ਤੇ ਮੁੱਠ ਕਣਕ ਦੀ ਪਿੰਜੜੀ ਪਾਉਂਦੀ ਹੈ ਅੱਲਾ ਵਾਸਤੇ ਵਾਸਤੇ ਪਾ ਕੇ ਉਹ ਇੱਥੇ ਕਈ ਕਈ ਰਾਤੀ ਖਾਉਣਾ ਪਾਉਂਦੇ ਨੇ ਉਹ ਪਿੰਨੇ ਹੋਏ ਟੁੱਕਰ ਤਪਾ ਕੇ। ਵਿਵਰ ਅੱਜ ਅਸਾਂ ਮੌਜੂਦ ਹੈ ਸਰਾਂ ਦੇ ਬਾਦਸ਼ਾਹ ਦੇ ਨਾਲ ਤੇ ਜਿਨ੍ਹਾਂ ਸ਼ਾਨ ਕਲੰਦਰੀ ਨਾਲ ਪੱਖੀ ਵਾਸ ਅਤੇ ਇਹ ਆਦਿਨ ਵੀ ਮੈਂ ਪਹਿਲੇ ਮਿਹਨਤ ਮਜ਼ਦੂਰੀ ਕਰਨ ਆਮੀ ਅਤੇ ਮੈਂ ਕੋ ਵੀ ਇਸ਼ਕ ਕੀ ਹੈ ਅਤੇ ਜਿਹਦੀ ਵਜ੍ਹਾ ਨਾਲ ਮੈਂ ਆਪਣਾ ਨਾਂ ਸ਼ਾਨ ਕਲੰਦਰੀ ਰੱਖ ਦਿੱਤਾ ਹੈ ਅਤੇ ਜ਼ੁਲਫਾਂ ਦਾ ਇੱਕ ਅਜਬ ਜਿਹਾ ਸਟਾਈਲ ਹੈ ਅਤੇ ਹੱਥ ਜਿਹੜੀ ਇਹ ਢੋਲਕ ਹੈ ਅਤੇ ਸੁਰਾਂ ਦੇ ਸਾਥ ਆਪਣੇ ਅੰਦਰ ਦਾ ਜਿਹੜਾ ਕੰਮ ਹੈ ਜਿਹੜਾ ਦੁੱਖ ਹੈ ਜਾਂ ਜਿਹੜਾ ਕਿੱਸਾ ਹੈ ਉਹ ਸੁਰ ਦੀ ਗੱਲ ਕਰਨ ਆਪਣੀ ਜ਼ਬਾਨ ਨਾਲ ਸੁਰਤ ਬਿਆਨ ਕਰਨ ਅਤੇ ਅਸਲ ਜੁਲ ਕੇ ਤੁਹਾਡੀ ਇਹਨਾਂ ਨਾਲ ਮੁਲਾਕਾਤ ਕਰ ਰਹੇ ਹੈ ਅਤੇ ਇਹਨਾਂ ਕੋਲ ਪੁੱਛਦੇ ਹੈ ਵੀ ਇਹ ਕਿਆ ਨਿਜ਼ਾਮ ਹੈ ਕਿਆ ਪ੍ਰੋਸੈਸ ਹੈ ਅਤੇ ਕਿਆ ਇਸ ਹੈ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਤੁਸੀਂ ਆਪਣੇ ਮੇਰੇ ਵਿਵਰ ਕੋ ਆਪਣਾ ਨਾਂ ਹੀ ਦਾ ਬੁਲਾ ਦੇ ਸੋ ਪਰ ਨਾਂ ਸ਼ਾਨ ਕਲੰਦਰੀ ਪੱਖੀਵਾਸ ਬੋਲੋ। ਸ਼ਾਨ ਕਲੰਦਰੀ ਪੱਖੀਵਾਸ ਬੋਲੋ ਜੀ। ਕਲੰਦਰੀ ਸਾਹਿਬ ਜਿਹੜਾ ਇਹ ਜੋ ਹੈ ਉਹਨੂੰ ਉਹ ਵੀ ਤਾਂ ਬੋਲੋ ਜੀ। ਜੀ 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 ਵਾਲੀ ਕੌਮ ਦਾ ਜੀ ਸਾਹਿਬ ਜੀ। ਅੱਛਾ ਉਹ ਕਿਹੜਾ ਬੋਲੋ ਜੀ? ਰਿੰਦ ਬੋਲੋ। ਰਿੰਦ ਬੋਲੋ। ਹਾਂ ਵਿਵਰ ਜਿਹੜਾ ਪੁੰਨੂ ਹੋਈ ਜੀ ਉਹ ਰਿੰਦ ਬੋਲੋ ਜੀ ਜਿਹਾ ਬਹੁਤ ਬੋਲੋ ਜਿਹੜਾ ਵੀਰ ਜਿਹੜਾ ਪੁੰਨੂ ਹੋਈ ਪਿਆ ਉਹ ਰਿੰਦ ਬੋਲੋ ਚ ਅਤੇ ਇਹ ਬਹੁਤ ਬੋਲੋ ਚ ਅਤੇ ਇਹ ਜਿਹੜੇ ਪੱਖੀ ਵਾਸ ਨੇ ਕਈ ਵੇਲੇ ਕਈ ਥਾਂ 'ਤੇ ਕਈ ਵੇਲੇ ਕਈ ਥਾਂ 'ਤੇ। ਸ਼ਾਨ ਸਾਹਿਬ ਪਹਿਲਾਂ ਆਪਾਂ ਕੋਲ ਦੂਜੇ ਸਵਾਲ ਨੇ ਵੀ ਤੁਸੀਂ ਪੜ੍ਹੇ ਹੀ ਨਹੀਂ ਸਾਹਿਬ ਸ਼ੌਂਕ ਹੈ। ਅੱਛਾ ਲੇਕਿਨ ਆਪਣਾ ਨਹੀਂ ਪੜ੍ਹ ਸਕੇ ਗਰੀਬ ਲੋਕ ਆਸੇ ਇੱਕ ਉਦੋਂ ਆਪਣਾ ਮੌਕਾ ਟਾਈਮ ਹੈ ਸਾ ਕਿ ਨਾ ਜਾਇਦਾਦ ਹੈ ਨਾ ਜਗੀਰ ਆਈ ਨਾ ਜ਼ਮੀਨ ਆਈ ਮੁੰਮਦਾ ਆਦਾ ਮੰਗ ਕੇ ਆਪਣਾ ਗੁਜ਼ਾਰਾ ਕੀਤਾ ਹੈ ਇਸ਼ਕੇ ਜਾ ਕੇ ਠੋਲਕੀ ਪਾਈ ਪਿਆਰ ਕੀਤਾ ਮੁਹੱਬਤ ਕੀਤਾ ਹੈ। ਅੱਛਾ ਦੁਨੀਆਦਾਰੀ ਦੇ ਵਿੱਚ ਆ ਕੇ ਫਿਰ ਰਹੇ ਹੈ ਸ਼ੁਕਰ ਅਲਹਮਦੁਲਿਲਾ ਅੱਲਾਹ ਉੱਤੇ ਜਾਂਦਾ ਹੈ। ਇਸ਼ਕ ਕਰਨਾ ਕੋਈ ਜੁਰਮ ਨਹੀਂ ਤੁਹਾਡੇ ਵਾਸਤੇ ਜੁਰਮ ਬਣ ਗਿਆ ਸਾਡੇ ਵਾਸਤੇ ਜੁਰਮ ਬਣ ਗਿਆ ਤੁਹਾਡੀ ਮੁਹੱਬਤ ਦੇ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਰਹੇ ਬਹੁਤ ਜ਼ਿਆਦਾ ਪੂਰੀ ਦੁਨੀਆ ਤੋਂ ਅਲੱਗ ਪਿਆਰ ਕਰਦੇ। ਅੱਛਾ ਬਹੁਤ ਹਸੀਨ ਤਰੀਨ ਦੁਨੀਆ ਪਈ ਹੈ। ਅੱਛਾ ਲੇਕਿਨ ਸਾਡਾ ਮੁਹੱਬਤ ਕੁਛ ਨਾ ਨਾਲ। ਅੱਛਾ ਅਤੇ ਤੁਸੀਂ ਜੋ ਇਹ ਦੇ ਪਿੰਦੇ ਵੇ ਮੰਗਦੇ ਵੇ ਇਹ ਢੋਲਕ ਵਗਾ ਕੇ ਇੱਕ ਇੱਕ ਦੁਕਾਨ 'ਤੇ ਲੈਂਦੇ ਵੇ ਇੱਕ ਇੱਕ ਦਰ 'ਤੇ ਲੈਂਦੇ ਵੇ ਕਿਤਨੀ ਦਿਹਾੜੀ ਬਣ ਦਿੰਦੇ ਸਰ ਜੀ? ਅਸਾਂ ਕਮੇਟੀ ਤਾਂ ਕਿਸੇ ਕੋਲ ਲਾਉਣੀ ਨਹੀਂ ਆਉਂਦੇ ਹੈਲੋ ਸਾਡਾ ਹੈ ਰੱਬ ਦਾ ਨਾਮ। ਅੱਛਾ ਇਹ ਅੱਲਾ ਦੇ ਨਾਲ ਦਾ ਸਵਾਲ ਹੈ ਹਵਾਈ ਰੋਜ਼ੀ ਸਾਨੂੰ ਜਿਤਨੇ ਵੀ ਦੇ ਵੇ ਚੁੱਪ ਕਰਕੇ ਅਸਾਂ ਆਪਣਾ ਲੈ ਕੇ ਹੈਗਾ ਦੇ ਵੇ ਤਾਂ ਵੀ ਉਹਦਾ ਭਲਾ ਨਾ ਦੇਵੇ ਤਾਂ ਵੀ ਭਲਾ ਆਸ਼ਕ ਬੰਦਾ ਤੇ ਮੋਹਨ ਬੰਦਾ ਕਹਿਣ ਬਾਅਦ ਦੁਆ ਨਹੀਂ ਦਿੰਦਾ। ਅੱਛਾ ਇਸ਼ਕ ਕੀਤਾ ਪੂਜ ਕੀਤਾ ਰਾਜ ਕੀਤਾ ਰਾਜ ਕੀਤਾ ਨਹੀਂ ਰਾਜ ਕੀਤਾ। ਅੱਛਾ ਹਾਂਜੀ ਅਤੇ ਹੁਣ ਸਭ ਤੁਸੀਂ ਆਪਣੇ ਸੁਰਾਂ ਦੇ ਬਾਦਸ਼ਾਹ ਦੇ ਸੁਰਾਂ ਦੇ ਸੰਗੀਤ ਵਿੱਚ ਇੱਕ ਐਸਾ ਜ਼ਬਰਦਸਤ ਜਿਹਾ ਜੋੜਾ ਸੁਣਾਓ ਅਤੇ ਤਾਂ ਕਿ ਮੈਨੂੰ ਵਿਵਰ ਪੁੱਛੇ ਉਹ ਤੋਂ ਪਹਿਲੇ ਸ਼ਾਨ ਮੁਸਤਫਾ ਸੁਣਾ ਲਓ। ਠੀਕ ਜੀ ਸੁਣਦੇ ਪਏ ਸ਼ਾਨ ਕਲੰਦਰੀ ਸਾਹਿਬ ਕੋਲ ਨਬੀ ਆਸਰਾ ਸੋਹਣੇ ਦੀ ਆਮਦ ਦਾ ਮਹਿਨਾ ਹੈ ਸਰਕਾਰ ਦੀਆਂ ਖੁਸ਼ੀਆਂ ਦਾ ਮਹਿਨਾ ਹੈ ਨਬੀ ਆਸਰਾ ਪੂਰੀ ਕਹਿਣਾ ਦੁਨੀਆ ਮੁੱਕ ਸਕਦੀ
سن ذکر مکدا بالکل جے صدقے اللہ دی ذات نے کائنات بنائی ہے تا خدا ذکر بالکل نہیں رک سکدا تے خدا ذکر بڑا وسیع ہے تے بڑا عادت نہیں کہ جتنے درخت نے کلم بڑا وجے جتنا پانی ہے تے صحیح بڑا وجے تے زمین جڑا ہے ورک بڑا وجے تے شان ہے مصطفی نہیں بالکل خدا دے نام دے صدقے کائنات بڑی ہے تے باوجود کہ رسول سو ایک مزیدار دی غزل ڈوڑا جڑا شان صاحب اپنے عشق دے وچ سنے سا انشاء جی سات کاروبار بھی کوئی نہیں
ਕਲਾਮ ਮੁੱਕਦੇ ਨਾ ਕਸੀਦੇ ਮੁੱਕਦੇ ਨਾ ਦਮਾਲਾ ਮੁੱਕਦੀਆਂ ਨਾ ਗਾਣੇ ਮੁੱਕਦੇ ਕਿਉਂਕਿ ਪਰੇ ਵੀ ਤੁਹਾਡੇ ਅੱਗੇ ਖੜਦਾ ਸੜਿਆ ਚੱਲਿਆ ਲੇਕਿਨ ਪੱਖੀ ਵਾਸ ਬਲੋਚ ਸ਼ਾਨ ਕਲੰਦਰੀ ਸੁਣਾ ਗਾਣਾ ਤਵਜੋ ਨਾਲ ਸਾਨੂੰ ਮੁਹੱਬਤ ਹੋਈ ਹੈ ਔਰ ਉਸ ਨੂੰ ਮੈਂ ਇੱਕ ਬਲੂਤਾ ਦਿੱਤਾ ਤੋੜੇ ਦੀ ਸ਼ਗਾ ਨੇ ਮਾਰੀ ਮੁਲਕ ਦੇ ਪੈਰ ਨਪੈਂਦਾ ਜਦ ਯਾਰ ਸਤਾਵੀ ਸ਼ਾਨ ਦੀ ਵੱਤ ਸਜਣ ਮਲਿੰਦਾ ਵੱਤੇ ਸਾਡਾ ਟਿਕਾਣਾ ਨਹੀਂ